ਉਹ ਬੇਹਿਮਤੇ ਸ਼ਿਕਵੇ ਕਰਨ ਮੁਕੱਦਰਾਂ ਤੇ ਓਏ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ ਭੀਮ ਰਾਓ ਨੇ ਆਖਿਆ ਰੋਟੀ ਇੱਜ਼ਤ ਦੀ ਖਾਣੀ ਭੀਮ ਰਾਓ ਨੇ ਆਖਿਆ ਰੋਟੀ ਇੱਜ਼ਤ ਦੀ ਖਾਣੀ ਨਹੀਂ ਮੈਂ ਹੁਣ ਦੇਵਾਂਗਾ ਭਾਰਤ ਦੇਸ਼ ਚ ਵੰਡ ਕਾਣੀ ਨਹੀਂ ਮੈਂ ਹੁਣ ਦੇਵਾਂਗਾ ਭਾਰਤ ਦੇਸ਼ ਚ ਵੰਡ ਕਾਣੀ ਭਾਰਤ ਦੇਸ਼ ਚ ਵੰਡ ਕਾਣੀ ਭਾਰਤ ਦੇਸ਼ ਚ ਵੰਡ ਕਾਣੀ ਅਸੀਂ ਬਛਿੰਦੇ ਦੇਸ਼ ਤੇ ਸਦੀਆਂ ਤੋਂ ਲਿਤਾੜੇ ਰੋਟੀ ਦੀ ਬੁਰਕੀ ਵਾਸਤੇ ਕੱਢਦੇ ਰਹੀਏ ਹਾੜੇ ਰੋਟੀ ਦੀ ਬੁਰਕੀ ਵਾਸਤੇ ਕੱਢਦੇ ਰਹੀਏ ਹਾੜੇ ਕਲਮ ਉਠਾ ਕੇ ਭੀਮ ਰਾਓ ਨੇ ਮਨ ਵਿੱਚ ਠਾਣੀ ਨਹੀਂ ਮੈਂ ਹੁਣ ਦੇਵਾਂਗਾ ਭਾਰਤ ਦੇਸ਼ ਚ ਵੰਡ ਕਾਣੀ ਨਹੀਂ ਮੈਂ ਹੁਣ ਦੇਵਾਂਗਾ ਭਾਰਤ ਦੇਸ਼ ਚ ਵੰਡ ਕਾਣੀ ਭਾਰਤ ਦੇਸ਼ ਚ ਵੰਡ ਕਾਣੀ ਕਾਨਫਰੰਸ ਵਿੱਚ ਗੱਜਿਆ ਭੀਮ ਰਾਓ ਸੂਰਾ ਸੁਣਿਓ ਦੀ ਤਕਰੀਰ ਨੂੰ ਕੰਬਿਆ ਲੰਡਨ ਪੂਰਾ ਸੁਣਿਓ ਦੀ ਤਕਰੀਰ ਨੂੰ ਕੰਬਿਆ ਲੰਡਨ ਪੂਰਾ ਚੋਟੀ ਦੇ ਵਿਦਵਾਨ ਨੇ ਕੀਤੀ ਗੱਲ ਸਿਆਣੀ ਨਹੀਂ ਮੈਂ ਹੁਣ ਦੇਵਾਂਗਾ ਭਾਰਤ ਦੇਸ਼ ਚ ਵੰਡ ਕਾਣੀ ਨਹੀਂ ਮੈਂ ਹੁਣ ਦੇਵਾਂਗਾ ਭਾਰਤ ਦੇਸ਼ ਚ ਵੰਡ ਕਾਣੀ ਭਾਰਤ ਦੇਸ਼ ਚ ਵੰਡ ਸਾਰੇ ਮਰਦ ਤੇ ਨਾਰੀ ਨਾਗਰਿਕ ਸਾਰੇ ਦੇਸ਼ ਦੇ ਵੋਟ ਦੇ ਅਧਿਕਾਰੀ ਨਾਗਰਿਕ ਸਾਰੇ ਦੇਸ਼ ਦੇ ਵੋਟ ਦੇ ਅਧਿਕਾਰੀ ਬੈਲਟ ਚੋਂ ਜੰਮੇਗਾ ਦੇਸ਼ ਦਾ ਰਾਜਾ ਰਾਣੀ ਨਹੀਂ ਮੈਂ ਹੁਣ ਦੇਵਾਂਗਾ ਭਾਰਤ ਦੇਸ਼ ਚ ਵੰਡ ਕਾਣੀ ਨਹੀਂ ਮੈਂ ਹੁਣ ਦੇਵਾਂਗਾ ਭਾਰਤ ਦੇਸ਼ ਚ ਵੰਡ ਕਾਣੀ ਭਾਰਤ ਦੇਸ਼ ਚ ਵੰਡ ਕਾਣੀ ਜਾਂਦੇ ਨੇ ਚੌਧਰਲੇ ਜੋ ਲੀਡਰ ਉਹ ਹੁੰਦੇ ਨੇ ਕੌਮ ਦੇ ਗਦਾਰ ਲੀਡਰ ਮੋਹ ਛੱਡਦੇ ਨਾ ਕੁਰਸੀ ਲੈ ਜੋ ਲੀਡਰ ਲਿਆਉਂਦੇ ਕਦੇ ਨਾ ਉਹ ਇਨਕਲਾਬ ਲੀਡਰ ਕਿਸਮਤ ਕੌਮ ਦੀ ਹੁੰਦੀ ਹੈ ਹੱਥ ਲੀਡਰ ਉਹ ਦੇਣ ਡੋਬ ਤੇ ਭਾਵੇਂ ਦੇਣ ਤਾਰ ਲੀਡਰ ਉਹ ਕੌਮ ਦੁਨੀਆਂ ਤੇ ਰਾਜ ਕਰਦੀ ਬੱਲੋਵਾਲੀਆ ਜਿਹਦੇ ਹੁੰਦੇ ਨੇ ਸੱਚੇ ਬਵਾਦਾਰ ਲੀਡਰ ਲਿਖੇ ਵਿੱਚ ਸੰਵਿਧਾਨ ਦੇ ਸਭ ਦੇ ਹੱਕ ਬਰਾਬਰ ਬਾਬਾ ਸਾਹਿਬ ਅੰਬੇਦਕਰ ਯੋਧੇ ਸ਼ੇਰ ਬਹਾਦਰ ਬਾਬਾ ਸਾਹਿਬ ਅੰਬੇਦਕਰ ਯੋਧੇ ਸ਼ੇਰ ਬਹਾਦਰ